BSNL ਜੋ ਵੱਡੇ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਪਰ ਹੁਣ BSNL ਹੀ ਵੱਡੀਆਂ-ਵੱਡੀਆਂ ਨਿੱਜੀ ਕੰਪਨੀਆਂ ਨੂੰ ਮਾਤ ਪਾਉਣ ਦੀ ਤਿਆਰੀ ਵਿੱਚ ਹੈ। ਕੇਂਦਰ ਸਰਕਾਰ ਦੇ ਇੱਕ ਅਹਿਮ ਫੈਸਲੇ ਤੋਂ ਬਾਅਦ BSNL ਨੂੰ ਦੁਬਾਰਾ ਖੜ੍ਹਾ ਕਰਨ ਲਈ ਵੱਡੀ ਰਾਸ਼ੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਤੇਜ਼ ਸਪੀਡ ਵਾਲੇ 4G ਇੰਟਰਨੈੱਟ ਖਰੀਦਣ ਦੀ ਵੀ ਮਨਜ਼ੂਰੀ ਦਿੱਤੀ ਗਈ ਹੈ, ਜਿਸ ਦੇ ਲਈ ਕੇਂਦਰੀ ਸੂਚਨਾ ਪ੍ਰਸਾਰਣ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ BSNL ਨੂੰ 74,000 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ। ਹੋਰ ਕੀ ਲਾਗੂ ਕੀਤਾ ਗਿਆ BSNL ਲਈ, ਦੇਖੋ ਇਹ ਖਾਸ ਰਿਪੋਰਟ। ਇਸ ਵਕਤ ਤੁਹਾਡੇ ਲਈ ਵੱਡੀ ਖਬਰ ਹੈ, BSNL ਡਿਪਾਰਟਮੈਂਟ ਜੋ ਕਿ ਬੀਤੇ ਕਈ ਸਾਲਾਂ ਤੋਂ ਆਰਥਿਕ ਤੰਗੀ ਅਤੇ ਸੰਕਟ ਦੇ ਨਾਲ ਜੂਝ ਰਿਹਾ ਸੀ, ਇਸ ਨੂੰ ਖੜ੍ਹਾ ਕਰਨ ਦੇ ਲਈ ਕੇਂਦਰ ਸਰਕਾਰ ਵੱਲੋਂ ਕੇਂਦਰੀ ਸੂਚਨਾ ਪ੍ਰਸਾਰਣ ਮੰਤਰੀ ਰਵੀ ਸ਼ੰਕਰ ਪ੍ਰਸਾਦ ਵੱਲੋਂ 74,000 ਕਰੋੜ ਰੁਪਏ ਦਾ ਇੱਕ ਵੱਡਾ ਪੈਕੇਜ ਜਾਰੀ ਕੀਤਾ ਗਿਆ ਹੈ, ਜਿਸ ਦੇ ਤਹਿਤ BSNL ਨੂੰ ਬਾਕੀ ਨਿੱਜੀ ਕੰਪਨੀਆਂ, ਚਾਹੇ ਉਹ ਜੀਓ ਹੋਵੇ, ਚਾਹੇ ਏਅਰਟੈੱਲ ਹੋਵੇ ਜਾਂ ਰਿਲਾਇੰਸ ਹੋਵੇ, ਉਹਨਾਂ ਦੇ ਬਰਾਬਰ ਇਸ ਨੂੰ ਖੜ੍ਹਾ ਕਰਨ ਦੇ ਲਈ 74,000 ਕਰੋੜ ਰੁਪਏ ਦਾ ਇੱਕ ਵੱਡਾ ਪੈਕੇਜ ਜਾਰੀ ਕੀਤਾ ਹੈ, ਜਿਸ ਦੇ ਨਾਲ ਕਿ ਇਸ ਦੀ ਸਪੀਡ ਨੂੰ ਹੁਣ ਜੋ ਕਿ ਬੀਤੇ 2011 ਤੋਂ 2G ਔਰ 3G ਦੇ ਦੌਰ ਦੇ ਨਾਲ ਚੱਲ ਰਹੀ ਸੀ, ਹੁਣ ਉਸ ਸਪੀਡ ਨੂੰ 4G ਕਰਨ ਦੇ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ। ਅਤੇ ਅੱਜ 4 ਨਵੰਬਰ 2019 ਤੋਂ ਰਵੀ ਸ਼ੰਕਰ ਪ੍ਰਸਾਦ ਗੌਰਮੈਂਟ ਆਫ ਇੰਡੀਆ ਦੇ ਵੱਲੋਂ BSNL ਨੂੰ ਇੱਕ ਵੱਡਾ ਮਾਸਟਰ ਪਲਾਨ ਦਿੱਤਾ ਗਿਆ ਹੈ, ਜਿਸ ਦੇ ਤਹਿਤ ਕਿ ਉਹਨਾਂ ਦਾ BSNL ਦੇ ਵਿੱਚ ਕੰਮ ਕਰਦੇ ਹੋਏ 1,70,000 ਦੇ ਜਿਹੜੇ ਮੁਲਾਜ਼ਮ ਹੈ ਪੂਰੇ ਇੰਡੀਆ ਦੇ ਵਿੱਚੋਂ, ਉਹਨਾਂ ਵਿੱਚੋਂ ਜੋ ਮੁਲਾਜ਼ਮ 50 ਤੋਂ 60 ਸਾਲ ਦੀ ਏਜ ਦੀ ਸ਼੍ਰੇਣੀ ਦੇ ਵਿੱਚ ਆ ਚੁੱਕੇ ਹੈ, ਉਹਨਾਂ ਨੂੰ VRS ਲੈਣ ਦੇ ਲਈ ਵੀ ਇੱਕ ਆਪਸ਼ਨ ਵਿੰਡੋ ਸਟਾਰਟ ਕਰ ਦਿੱਤੀ ਗਈ ਹੈ, ਜਿਸ 'ਤੇ ਕਿ ਅੱਜ ਤੋਂ ਕੰਮ ਸ਼ੁਰੂ ਹੋ ਗਿਆ ਹੈ। ਅਸੀਂ ਇਸ ਪੂਰੇ ਮਾਮਲੇ ਨੂੰ ਲੈ ਕੇ BSNL ਵਿਭਾਗ ਦੇ ਵੱਖ-ਵੱਖ ਅਧਿਕਾਰੀਆਂ ਦੇ ਨਾਲ, ਇਸ BSNL ਵਿਭਾਗ ਦੇ ਨਾਲ ਜੁੜੇ ਹੋਏ ਕਰਨ ਅਤੇ VRS ਦੇ ਨਾਲ ਜਿਹੜੀ ਇਹਨਾਂ ਦੇ ਵਿਭਾਗ ਵਿੱਚੋਂ ਕਰੀਬ 80,000 ਇੰਪਲੋਈਜ਼ ਦੀ ਜਿਹੜੀ ਹੈ ਛੱਟਣੀ, ਜਿਹਨੂੰ ਕਹਿ ਸਕਦੇ ਹਾਂ ਸਧਾਰਨ ਭਾਸ਼ਾ 'ਚ, ਉਹਦੇ ਜਾਣ ਦੇ ਨਾਲ ਕੀ ਪ੍ਰਭਾਵ ਪੈਣਗੇ। ਸਾਡੇ ਪਾਸ ਜਿਹੜੇ ਅੰਕੜੇ ਜੁੜੇ ਹੈ ਹੁਣ ਤੱਕ, ਇਸ ਪੂਰੇ ਮਾਮਲੇ ਨੂੰ ਅਮਲੀ ਜਾਮਾ ਪਹੁੰਚਾਉਣ ਦੇ ਲਈ ਸਰਕਾਰ ਵੱਲੋਂ ਜਾਰੀ ਕੀਤਾ ਗਿਆ 74,000 ਕਰੋੜ ਰੁਪਏ ਦੇ ਫੰਡ ਵਿੱਚੋਂ ਪਹਿਲਾ 15,000 ਕਰੋੜ ਰੁਪਇਆ ਸਿਰਫ ਅਤੇ ਸਿਰਫ BSNL ਵਿਭਾਗ 'ਤੇ ਖੜ੍ਹੀਆਂ ਲਾਇਬਿਲਿਟੀਜ਼ ਹੈ। ਉਹ ਲਾਇਬਿਲਿਟੀਜ਼ ਕਿਹੜੀਆਂ ਨੇ? ਜਦੋਂ ਕਿ BSNL ਵਿਭਾਗ ਨੇ ਕਿਸੇ ਵੀ ਠੇਕੇਦਾਰ ਦੀ ਪੇਮੈਂਟ ਜਿਹੜੀ ਕਿ ਕਈ ਸਾਲਾਂ ਤੋਂ ਰੁਕੀ ਹੈ, ਅਕਸਰ ਧਰਨੇ ਪ੍ਰਦਰਸ਼ਨ ਚੱਲਦੇ ਹੈ, ਉਹਨਾਂ ਪੇਮੈਂਟਾਂ ਨੂੰ ਦੇਣ ਦੇ ਲਈ BSNL ਵਿਭਾਗ 'ਤੇ ਬਿਜਲੀ ਵਿਭਾਗ ਦਾ ਰੈਂਟ, ਜਿਹੜਾ ਕਿ ਕਹਿੰਦੇ ਆ ਕਿਰਾਇਆ ਜਾਂ ਬਿੱਲ ਭੁਗਤਾਨ ਕਰਨ ਦੇ ਲਈ, ਉਸ ਤੋਂ ਇਲਾਵਾ BSNL ਵਿਭਾਗ ਦੀਆਂ ਦੇਸ਼ ਵਿੱਚ ਹਜ਼ਾਰਾਂ ਹੀ ਮਸ਼ੀਨਰੀਆਂ, ਟੈਲੀਫੋਨ ਐਕਸਚੇਂਜਾਂ, ਟਾਵਰਾਂ ਦਾ ਜਿਹੜਾ ਰੁਕਿਆ ਹੋਇਆ ਰੈਂਟ ਹੈ ਉਸ ਨੂੰ ਜਾਰੀ ਕਰਨ ਦੇ ਲਈ ਪਹਿਲਾ ਪ੍ਰਾਥਮਿਕ 15,000 ਕਰੋੜ ਰੁਪਇਆ ਰੱਖਿਆ ਗਿਆ ਹੈ। ਉਸ ਤੋਂ ਅੱਗੇ 20,000 ਕਰੋੜ ਰੁਪਏ ਦਾ ਇੱਕ ਅਲੱਗ ਪੈਕੇਜ, ਜਿਸ ਦੇ ਵਿੱਚ ਕਿ BSNL ਨੂੰ ਬਾਕੀ ਦੀਆਂ ਕੰਪਨੀਆਂ ਏਅਰਟੈੱਲ, ਰਿਲਾਇੰਸ, ਜੀਓ ਆਦਿ ਦੇ ਨਾਲ ਬਰਾਬਰ ਕਤਾਰ ਵਿੱਚ ਖੜ੍ਹਾ ਕਰਨ ਦੇ ਲਈ ਸਪੈਕਟਰਮ ਖਰੀਦਣ ਦੀ ਵੀ ਇੱਕ ਮਨਜ਼ੂਰੀ ਦਿੱਤੀ ਗਈ ਹੈ, ਜਿਸ ਦੇ ਨਾਲ ਕਿ BSNL ਜੋ ਕਿ 2011 ਤੋਂ 2G ਔਰ 3G ਦੀ, ਮੰਨ ਲਓ ਉਦਾਹਰਣ ਦੇ ਤੌਰ 'ਤੇ ਇੱਕ ਪੈਸੈਂਜਰ ਟ੍ਰੇਨ ਦੀ ਤਰ੍ਹਾਂ ਜਿਹੜਾ ਰਫ਼ਤਾਰ 'ਤੇ ਆਪਣਾ ਕੰਮ ਕਰ ਰਿਹਾ ਸੀ, ਉਸ ਨੂੰ ਸ਼ਤਾਬਦੀ ਬਣਾਉਣ ਦੇ ਲਈ 4G ਸਪੀਡ ਖਰੀਦਣ ਦੇ ਲਈ 20,000 ਕਰੋੜ ਦਾ ਪੈਕੇਜ ਵੱਡੀ ਮਦਦ ਕਰੇਗਾ। ਇਸ 'ਤੇ ਅੱਗੇ ਆਪਾਂ ਚੱਲਦੇ ਹਾਂ ਅਤੇ BSNL ਵਿਭਾਗ ਦੇ ਵਿੱਚ ਹੁਣ ਤੱਕ 1,09,000 ਇੰਪਲੋਈਜ਼ ਐਸੇ ਹੈ ਜਿਨ੍ਹਾਂ ਦੀ ਕਿ ਏਜ 50 ਤੋਂ 60 ਸਾਲ ਦੇ ਵਿੱਚ ਹੈ, ਜੋ ਕਿ ਸਰਕਾਰ ਦੁਆਰਾ ਬਣਾਏ ਗਏ ਮਾਪਦੰਡ ਦੇ ਵਿੱਚ ਉਹ VRS ਸ਼੍ਰੇਣੀ ਵਿੱਚ ਆ ਸਕਦੇ ਹੈ। ਅਤੇ ਵਿਭਾਗ ਨੇ ਇੱਕ ਆਪਣੇ ਪੱਧਰ 'ਤੇ ਇੱਕ ਟਾਰਗੇਟ ਤੈਅ ਕੀਤਾ ਹੈ ਕਿ BSNL ਦੇ ਵਿੱਚੋਂ 50 ਤੋਂ 60 ਸਾਲ ਦੇ ਵਿੱਚ ਕਰੀਬ 80,000 ਦੇ ਕਰੀਬ ਐਸੇ ਇੰਪਲੋਈਜ਼ ਨੇ ਜਿਨ੍ਹਾਂ ਦੀ ਸਵਾਸਥ, ਸਿਹਤ ਜਾਂ ਸੇਵਾਵਾਂ ਉਸ ਪੱਧਰ ਦੀਆਂ ਨਹੀਂ ਰਹਿ ਗਈਆਂ ਕਿ ਉਹ BSNL ਨੂੰ ਉਸ ਕਤਾਰ ਵਿੱਚ ਖੜ੍ਹਾ ਕਰ ਦੇਣ ਜਿੱਥੇ ਅੱਜ ਨਿੱਜੀ ਕੰਪਨੀਆਂ ਦੇ ਲੋਕ ਖੜ੍ਹੇ ਹੈ।
ਸੋ ਇਸ ਜੇਕਰ ਵਿਭਾਗ ਦਾ ਇਹ ਟਾਰਗੇਟ ਹਿੱਟ ਹੋ ਜਾਂਦਾ ਹੈ ਤਾਂ ਜੋ ਅੰਕੜੇ ਸਾਡੇ ਕੋਲ ਮਿਲੇ ਹੈ ਤਾਂ ਉਸ ਦੇ ਨਾਲ BSNL ਨੂੰ 7400 ਕਰੋੜ ਰੁਪਏ ਦਾ ਈਅਰਲੀ ਫਾਇਦਾ ਹੋਏਗਾ। ਹੁਣ ਇਸ 'ਤੇ ਆਪਾਂ ਹੋਰ ਅੰਕੜਿਆਂ ਦੀ ਤੁਹਾਨੂੰ ਨਜ਼ਰ ਦੌੜਾਉਂਦੇ ਹਾਂ। ਸਰਕਾਰ ਦੁਆਰਾ 2011 ਤੋਂ, ਹੁਣ ਅਸੀਂ ਇਹਦੇ ਪਿਛੋਕੜ 'ਤੇ ਜਾਵਾਂਗੇ, 2011 ਤੋਂ BSNL ਸਪੈਕਟਰਮ ਦੀ ਖਰੀਦਦਾਰੀ ਨਾ ਹੋਣ ਕਰਕੇ ਬਿਲਕੁਲ ਘੱਟ ਸਪੀਡ ਅਤੇ ਘੱਟ ਸਿਸਟਮ ਦੇ ਨਾਲ ਕੰਮ ਕਰ ਰਿਹਾ ਸੀ, ਜਦਕਿ ਇਹਨਾਂ ਦੇ ਹੀ ਟਾਵਰਾਂ ਅਤੇ ਇਹਨਾਂ ਦੇ ਹੀ ਸਿਸਟਮਾਂ 'ਤੇ ਕੰਮ ਕਰਦੇ ਹੋਏ ਰਿਲਾਇੰਸ ਜੀਓ ਏਅਰਟੈੱਲ ਵੱਡੀ ਸਪੀਡ ਅਤੇ ਵੱਡੀਆਂ ਵੱਡੀਆਂ ਆਫਰਾਂ ਦੇ ਨਾਲ ਇਸ ਤੋਂ ਅੱਗੇ ਨਿਕਲ ਚੁੱਕੇ ਸੀ, ਜਦਕਿ BSNL ਦੇ ਪਲਾਨ ਅਤੇ ਡਾਟੇ ਬਾਕੀ ਇਹਨਾਂ ਦੇ ਰੇਟ ਨਾਲੋਂ ਘੱਟ ਸੀਗੇ, ਪਰ ਬਾਵਜੂਦ ਉਹਦੇ BSNL ਬੁਰੀ ਤਰ੍ਹਾਂ ਇਸ ਦੌੜ ਵਿੱਚੋਂ ਪਛੜ ਚੁੱਕਿਆ ਸੀ। ਹੁਣ ਜਿੰਨੀ ਜਾਣਕਾਰੀ ਸਾਡੇ ਪਾਸ ਆਈ ਹੈ, ਵਿਭਾਗ ਦਾ ਇਹ ਪਲਾਨ ਹੈ ਕਿ ਜਿਹੜੀ 20,000 ਕਰੋੜ ਰੁਪਏ ਦੀ ਸਪੈਕਟਰਮ ਇਹ ਖਰੀਦਣ ਜਾ ਰਿਹਾ ਹੈ ਉਸ ਦੇ ਨਾਲ ਸਭ ਤੋਂ ਪਹਿਲਾਂ BSNL ਦੀ ਸਪੀਡ ਟਾਵਰਸ ਨੂੰ ਅਪਗ੍ਰੇਡ ਕਰਨ ਦਾ, ਐਕਸਚੇਂਜਾਂ ਨੂੰ ਅਪਗ੍ਰੇਡ ਕਰਨ ਦਾ ਕੰਮ ਕੀਤਾ ਜਾਵੇਗਾ। ਅਤੇ ਇਹ ਵੀ ਤੁਹਾਨੂੰ ਇੱਥੇ ਦੱਸਣਾ ਚਾਹਵਾਂਗੇ ਆਪਾਂ ਕਿ ਇਸ ਕੰਮ ਨੂੰ BSNL ਜਨਵਰੀ 2020 ਤੋਂ ਸਟਾਰਟ ਕਰਕੇ ਮਾਰਚ 2020 ਦੇ ਵਿੱਚ ਖਤਮ ਕਰਨ ਦਾ ਟਾਰਗੇਟ ਲੈ ਕੇ ਚੱਲਿਆ ਹੈ ਕਿ ਇਸ 3 ਮਹੀਨੇ ਦੀ ਅਵਧੀ ਦੇ ਵਿੱਚ ਅਸੀਂ ਪੂਰੇ ਟਾਵਰ ਸਿਸਟਮ ਨੂੰ ਜਾਂ ਪੂਰੇ ਆਪਣੀਆਂ ਸੇਵਾਵਾਂ ਨੂੰ ਪ੍ਰਾਈਵੇਟ ਕੰਪਨੀ ਦੇ ਨਾਲ ਲਿਆ ਕੇ ਖੜ੍ਹਾ ਕਰ ਦੇਵਾਂਗੇ। ਇੱਥੇ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ 2011 ਤੋਂ ਅਕਸਰ ਤੁਸੀਂ ਸੁਣਦੇ ਸੀ ਕਿ ਵੱਖ ਵੱਖ ਸਮੇਂ ਦੀਆਂ ਸਰਕਾਰਾਂ ਨੇ ਕੇ ਰਾਜਾ, ਕਨੀ ਮੋੜੀ, ਏ ਰਾਜਾ, ਇਹ ਨਾਮ ਤੁਸੀਂ ਅਕਸਰ ਸੁਣੇ ਸੀ ਕਿ BSNL ਸਵਰਨ ਯੁੱਗ ਤੋਂ ਕਾਲੇ ਦੌਰ ਵਿੱਚ ਚਲਾ ਗਿਆ। ਉਮਰ ਤੋਂ VRS ਸਿਸਟਮ ਜਿਹੜਾ BSNL 'ਚ ਸਟਾਰਟ ਹੋ ਗਿਆ, ਉਹਦੇ ਨਾਲ ਕਿੰਨੇ ਕੁ ਇੰਪਲੋਈਜ਼ ਦੀ ਜਿਹੜੀ ਹੈ VRS ਹੋਣ ਦੀ ਉਮੀਦ ਜਤਾ ਰਿਹਾ ਵਿਭਾਗ, ਅਤੇ ਉਹਨਾਂ ਦੇ ਜਾਣ ਤੋਂ ਬਾਅਦ ਫਿਰ BSNL ਕਿਸ ਤਰ੍ਹਾਂ ਆਪਣੀ ਸਰਵਿਸ ਨੂੰ ਸਟਿਲ ਜਾਰੀ ਰੱਖ ਸਕਦਾ ਹੈ, ਉਹਦੇ ਬਾਰੇ ਕੀ ਕਹਿਣਾ? ਸਾਨੂੰ ਉਮੀਦ ਹੈ ਕਿ ਕਰੀਬ 80,000 ਇੰਪਲਾਈ VRS ਲੈ ਲੈਣਗੇ ਅਤੇ ਇਹਦੇ ਨਾਲ ਸਾਡੇ ਕਰੀਬ 1,000 ਕਰੋੜ ਪਰ ਮੰਥ ਬਚੇਗਾ ਅਤੇ ਉਹ ਜਿਹੜਾ ਖਰਚਾ ਅਸੀਂ ਆਪਣੀ ਸਰਵਿਸਿਜ਼ ਨੂੰ ਇੰਪਰੂਵ ਕਰਨ 'ਤੇ, ਜੋ ਟੈਕਨੋਲੋਜੀਕਲ ਅਪਗ੍ਰੇਡੇਸ਼ਨ ਹੈ, ਨਵੇਂ ਟਾਵਰ ਲਗਾਉਣੇ ਹੈ, ਨਵੇਂ ਹੋਰ ਸਿਸਟਮ ਲਗਾਉਣੇ ਹੈ, ਟਰਾਂਸਮਿਸ਼ਨ ਦੇ ਨਵੀਂ ਕੇਬਲ ਵਿਛਾਉਣੀ ਹੈ, ਉਹ ਸਾਰਾ ਅਸੀਂ ਕਰ ਪਾਵਾਂਗੇ, ਜੋ ਕਿ ਇਸ ਵੇਲੇ ਅਸੀਂ ਨਹੀਂ ਕਰ ਪਾ ਰਹੇ, ਜੋ ਕਿ ਕਾਰਨ ਹੈ BSNL ਇੰਨੀ ਅੱਛੀ ਸਰਵਿਸ ਨਹੀਂ ਦੇ ਪਾ ਰਿਹਾ ਪ੍ਰਾਈਵੇਟ ਓਪਰੇਟਰਸ ਦੇ ਮੁਕਾਬਲੇ, ਪਰ ਇਸ ਸਕੀਮ ਦੇ ਇੰਪਲੀਮੈਂਟ ਹੋਣ ਤੋਂ ਬਾਅਦ ਅਸੀਂ ਕਰ ਪਾਵਾਂਗੇ। ਸਰ 80,000 ਕਰੀਬ ਦੇਖੋ ਸਰਵਿਸਿਜ਼ 'ਤੇ ਕੋਈ ਬਿਲਕੁਲ ਵੀ ਅਸਰ ਨਹੀਂ ਪਵੇਗਾ, ਉਹ ਸਾਰੀਆਂ ਸਰਵਿਸਿਜ਼ ਅਸੀਂ ਆਊਟਸੋਰਸ ਕਰਕੇ ਚਲਾਵਾਂਗੇ ਅਤੇ ਉਹ ਬੜੀਆਂ ਸਮੂਥਲੀ ਸਾਰੂ ਤਰੀਕੇ ਨਾਲ ਅਤੇ ਘੱਟ ਖਰਚੇ 'ਤੇ ਅਸੀਂ ਚਲਾ ਪਾਵਾਂਗੇ। ਸੋ ਹੁਣ ਦੇਖਣਾ ਇਹ ਹੋਏਗਾ ਕਿ BSNL ਵਿਭਾਗ ਵੱਲੋਂ ਮੁੜ ਆਪਣੇ ਢਾਂਚੇ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਕਰਨ ਦੇ ਲਈ ਜੋ ਪਲਾਨ ਸਰਕਾਰ ਵੱਲੋਂ ਦਿੱਤਾ ਗਿਆ ਹੈ ਉਸਨੂੰ ਕਿੰਨੀ ਜਲਦੀ ਅਤੇ ਕਿੰਨੀ ਛੇਤੀ ਇਹ ਪੂਰਾ ਕਰ ਪਾਉਣਗੇ ਅਤੇ 80,000 ਇੰਪਲੋਈਜ਼ ਦੇ ਜਾਣ ਦੇ ਨਾਲ ਆਊਟਸੋਰਸ ਭਰਤੀ ਕੀਤੇ ਜਾਣ ਵਾਲੇ ਮੁਲਾਜ਼ਮਾਂ ਦੇ ਨਾਲ ਆਖਿਰਕਾਰ BSNL ਆਪਣੀਆਂ ਸੇਵਾਵਾਂ ਨੂੰ ਕਿਸ ਪ੍ਰਕਾਰ ਨਾਲ ਜਾਰੀ ਰੱਖੇਗਾ? ਰੂਪਨਗਰ ਤੋਂ ਡੇਲੀ ਪੋਸਟ ਪੰਜਾਬੀ ਲਈ ਗੌਰਵ ਰਾਣਾ ਦੀ ਰਿਪੋਰਟ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਆਪਣੇ ਮਨ ਮਰਜ਼ੀ ਦਾ ਕੋਰਸ ਚਾਹੁੰਦੇ ਹੋ ਤੇ ਮਈ ਔਰ ਸਪਤੰਬਰ ਸੈਸ਼ਨ ਵਿੱਚ ਅਪਲਾਈ ਕਰਨ ਦਾ ਇਹ ਸੁਨਹਿਰੀ ਮੌਕਾ ਹੈ ਪਿਰਾਮਿਡ ਈ ਸਰਵਿਸਿਜ਼ ਨਾਲ। ਨਾ ਹੀ ਸਿਰਫ ਤੁਸੀਂ ਹੁਣ ਅਪਲਾਈ ਕਰਕੇ ਆਪਣਾ ਆਫਰ ਅਪਲਾਈ ਕਰ ਪਾਓਗੇ, ਬਲਕਿ 3 ਤੋਂ $5,000 ਦੀ ਸਕਾਲਰਸ਼ਿਪ ਵੀ ਟਾਈਮ ਸਿਰ ਅਪਲਾਈ ਕਰਕੇ ਹਾਸਲ ਕਰ ਪਾਓਗੇ।